ਛੱਡਣਾ ਮਨਜ਼ੂਰ ਹੈ ਪਰ ਸਿੱਖ ਨੇ ਸਿੱਖ ਨੂੰ ਬਚਾਉਣਾ ਹੈ ਅਸੀਂ ਜਦੋਂ ਬਾਪੂ ਹੁਕਮ ਜਿਸ ਕਰੇਗਾ ਉਸ ਹੁਕਮ ਦੇ ਪਾਬੰਦ ਆ ਇਹ ਸਰਕਾਰੇ ਸਮਝ ਲਈ ਕਿਤੇ ਬਾਪੂ ਦੀ ਸ਼ਾਂਤੀ ਦਾ ਸਬਰ ਨਾ ਪਰਖੀ ਕਿਤੇ ਬਾਪੂ ਨੇ ਕਹਿ ਦਿੱਤਾ ਵੀ ਸਿੱਖੋ ਆ ਜਾਓ ਗੁਰੂ ਕਿਰਪਾ ਕਰੇ ਅਸੀਂ ਇੱਕ ਮਿੰਟ ਵੀ ਨਹੀਂ ਉਹਦੇ ਬਾਅਦ ਲਾਉਣਾ ਅਸੀਂ ਸਿੱਖੋ ਘਰਾਂ ਦੇ ਪਿਆਰ ਛੱਡ ਦਿਓ ਸਿੱਖੀ ਨਾਲ ਪਿਆਰ ਪਾਲੋ ਘਰ ਤੇ ਸਿਰਫ ਰਾਤ ਕੱਟੋ ਜੇ ਰੱਖ ਲਓ ਆਪਣਾ ਸਭ ਕੁਝ ਸਿੱਖੀ ਨੂੰ ਲਾ ਦਿਓ ਕਰਮੀਆਂ ਵਾਲੇ ਦੀ ਖੁਸ਼ੀ ਹੋਵੇਗੀ ਸਿੱਖੀ ਸਿਰਦਾ ਜਲਾ ਹੋਵੇਗੀ ਤੇ ਇਸ ਮੋਰਚੇ ਚ ਬਚਾਓ ਤਨ ਦਾ ਦਸਵੰਦ ਮਨ ਦਾ ਦਸਵੰਦ ਧਨ ਦਾ ਦਸਵੰਦ ਅਜੇ ਤਨ ਦਾ ਦਸਵੰਦ ਜਥਿਆਂ ਦੇ ਰੂਪ ਵਿੱਚ ਇੱਥੇ ਹਾਜ਼ਰੀ ਹੈ ਕੱਲ ਲਾਉਣਾ ਪਿਆ ਤੇ ਲਾ ਦਿਆਂਗੇ ਇੰਨੀ ਸਾਡੀ ਅਰਦਾਸ ਕਰਿਓ ਜੋ ਕਹਿੰਦੇ ਆ ਉਹ ਕਰਨਾ ਆ ਜਾਵੇ ਸਾਰਿਆਂ ਪ੍ਰਬੰਧਕਾਂ ਦਾ ਧੰਨ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਾ ਜਿਹਨੇ ਸਾਡੇ ਤੇ ਕਿਰਪਾ ਕੀਤੀ ਹੈ ਸਿਰ ਤੇ ਕਹਿਣਾ ਸੀ ਭੀਖ ਨਹੀਂ ਮੰਗਦੇ ਤੁਸੀਂ ਆਪਣਾ ਧਰਮ ਲਗਾਓ ਕਿਉਂਕਿ ਸਾਡੇ ਧਰਮ ਉਹ ਫੂਲ ਹੋ ਗਏ ਅਧਰਮੀ ਹੋ ਗਏ ਜੇ ਅਸੀਂ ਧਰਮੀ ਹਾਂ ਆਪਣੇ ਧਰਮ ਦੀ ਖਾਤਰ ਆ ਵੇਖੋ ਕਿਤੇ ਕੱਲ੍ਹ ਨਾਮ ਵਾਹਿਗੁਰੂ ਸੰਗਤ ਆਈ ਹੈ ਪੰਜਾਬ ਦਾ ਨਹੀਂ ਗੰਢ ਦਾ ਧੀਰ ਸ੍ਰੀ ਹਰਿਮੰਦਰ ਸਾਹਿਬ ਜੇ ਕਿਤੇ ਅੱਜ ਇੱਕ ਕਿਸੇ ਮੁਸਲਮਾਨ ਦਾ ਰਾਜ ਹੁੰਦਾ ਤੇ ਮੇਰੇ ਬਾਰੇ ਨਿਆਰੇ ਹੋ ਜਾਂਦੇ ਸ਼ੇਰੇ ਪੰਜਾਬ ਨੇ ਉੱਥੇ ਆਉਂਦੀ ਜਦੋਂ ਇੱਕ ਦੋ ਵਾਰੀ ਆਵਾਜ਼ ਸੁਣੀ ਤੇ ਉਹ ਸੂਫੀ ਫਕੀਰ ਨੂੰ ਕਹਿਣ ਲੱਗੇ ਇਹ ਸਾਈਂ ਫਕੀਰ ਇਸ ਸਿੱਖ ਰਾਜੇ ਤੋਂ ਤੈਨੂੰ ਕੀ ਜਦੋਂ ਉਹਨਾਂ ਨੇ ਸਾਈਂ ਫਕੀਰ ਨੂੰ ਇਹ ਕਿਹਾ ਕਿ ਤੇ ਉਹਨਾਂ ਨੇ ਵੀ ਚਾਨਣ ਕਰਕੇ ਤੇ ਵੀ ਆਪਦੀ ਝੁੱਗੀ ਜਿਹੜੀ ਝੌਂਪੜੀ ਸੀ ਉਹਦੇ ਵਿੱਚੋਂ ਇੱਕ ਬੜੇ ਸਾਫ਼ ਸੁਥਰੇ ਕੱਪੜੇ ਪਰ ਹੁਣ ਗੱਲ ਇਹ ਆ ਵੀ ਇਹ ਸਿੱਖ ਰਾਜਾ ਮੈਂ ਮੁਸਲਮਾਨ ਨਹੀਂ ਆ ਤੂੰ ਮੇਰੀ ਰਾਜ ਕੰਮ ਹੁੰਦਾ ਇਹ ਸਾਡੇ ਨਾਲ ਸਿੱਖ ਆਉਣਾ ਕੀਤਾ ਜੀ ਉਹਨਾਂ ਲੋਕਾਂ ਨੇ ਚਾਹੇ ਉਹ ਗਾਂਧੀ ਸੀ ਤੇ ਨਹਿਰੂ ਸੀ ਤੇ ਪਟੇਲ ਸੀ ਉਹਨਾਂ ਨੇ ਜਿੰਨਾ ਚਿਰ ਪਤਾ ਸੀ ਵੀ ਇਹ ਲੰਬਲਾ ਸੰਘਰਸ਼ ਨਹੀਂ ਲੜਿਆ ਜਾਣਾ ਇਹ ਜਰਾਇਮ ਪੇਸ਼ਾ ਕੌਮ ਹੈ ਸਰਦਾਰ ਕਪੂਰ ਸਿੰਘ ਜੀ ਨੇ ਆਪਣੀ ਸਾਥੀ ਸਾਥੀ ਵਿੱਚ ਲਿਖਿਆ ਉਹ ਡੀ ਸੀ ਸਾਹਿਬ ਸਿੰਘ ਲੱਗੀ ਉਹਨਾਂ ਕੋਲ ਵੀ ਚਿੱਠੀ ਆਈ ਸੀ ਸੁਖਸਾਰ ਸਿੰਘ ਜੀ ਇਹ ਹੈ ਕਰਦਾਰ ਇਹਨਾਂ ਰਾਜਨੀਤਿਕ ਲੋਕਾਂ ਦਾ ਵੀ ਕੇਸਰੀ ਦਾ ਦੇਖੋ ਜੀ ਅਪਮਾਨ ਕਰਤਾ ਮੈਂ ਕਹਿੰਦਾ ਹੁੰਦਾ ਕੇਸਰੀ ਮਾਂ ਹੈ ਤੁਹਾਡੇ ਤਿਰੰਗੇ ਦੀ ਅਗਰ ਨਾ ਹੁੰਦਾ ਆ ਤੁਹਾਡਾ ਤਿਰੰਗਾ ਤੁਰਗਾ ਕਿਤੇ ਨਹੀਂ ਲੱਭਣਾ ਸੀ ਭਾਈ ਕਵੀ ਸੰਤੋਖ ਸਿੰਘ ਜੀ ਸਾਹਿਬ ਗੁਰਪ੍ਰਤਾਪ ਸਿੰਘ ਜੀ ਦੇ ਕਰਤਾ ਸਵੱਈਆ ਬੜਾ ਸੋਹਣਾ
ਉਗਲੇ ਛਾਏ ਜਾਂਦੀ ਏਕਤਾ ਅਨੇਕਤਾ ਬਿਲਾਏ ਜਾਂਦੀ ਹੋਬ ਦੀ ਕਿਤੀਲ ਤੱਕ ਤੇ ਬਲ ਕੁਰਾਨ ਕੀ ਧਰਮ ਧਸਕ ਜਾਂਦੇ ਪਾਪ ਪਰਪਕ ਜਾਂਦੇ ਵਰਨ ਕਰਕ ਜਾਂਦੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਵਰੇ ਸੰਤੋਖ ਸਿੰਘਾਂ ਦੂਰ ਹੋਤੇ ਰੀਤ ਮਿਟ ਜਾਂਦੀ ਕਦਾ ਬੇਦਨ ਕੁਰਾਨ ਕੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤਨ ਹੋਤੀ ਜੋਗੈ ਕਿਰਪਾ ਨਿਰੰਜ ਜੇ ਗੁਰੂ ਕਲਗੀ ਤੇ ਆਜ਼ਾਦੀ ਤੋਂ ਬਿਨਾਂ ਸਤਸੰਗ ਜੀ ਸਾਨੂੰ ਇਹ ਇਨਸਾਫ ਨਹੀਂ ਮਿਲੇਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਸ੍ਰੀ ਮੁਖ ਪਰਿਓ ਗਰੀਬ ਨਵਾਜ ਸਸਤਰ ਕੇ ਅਧੀਨ ਹੈ ਰਾਜ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਬੋਲਦਾ ਬੈਠਿਆ ਨੇ ਜਿਹੜਾ ਰਾਜਾ ਰਾਜ ਸਿੰਘ ਜੀ